राजमान का विमान रोड़ा हो रो बाट का रोड़ा हो रो बाट का अभिमान मान दारोड़ा हो जा संतानी बाट दा ताज के अभिमान मान दा तज मन का अभिमान ऐसा कोई दास होए ताहि मिले भगवान कबीर संतन की चुंगिया भली पाठ को सती गाओ आग लगो जह तोल हर जह नाही हर को नाओ कबीर चंदन का बिरबा पला बेड़ो टाक पलास ओए पी चंदन होए रह बसे जो चंदन पास हर जी दा वासा जी संतान दी रसना उते हर जी दा वासा जी संतान दी रसना उते
ਪਮਾਈ ਭਾਈ ਦੂਰੋਂ ਨੇੜਿਓਂ ਚੱਲਦੇ ਹੋਏ ਜੁਗੋ ਜੁਗ ਅਟਲ ਗੱਦੀ ਤੇ ਵਿਰਾਜਮਾਨ ਕਲਯੁਗ ਦੇ ਅਵਤਾਰ ਚਵਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਪਹੁੰਚੇ ਹੋ ਜਿੱਥੇ ਕਿ ਹਰ ਸਾਲ ਸਾਡੇ ਬਹੁਤ ਹੀ ਸਤਿਕਾਰਯੋਗ ਸੱਚਖੰਡ ਵਾਸੀ ਸੰਤ ਬਾਬਾ ਸੁਰਿੰਦਰ ਸਿੰਘ ਜੀ ਮਹਾਂਪੁਰਖ ਸੋ ਆਪਣੇ ਵੱਡੇ ਮਹਾਂਪੁਰਖ ਰਾਜਾ ਜੋਗੀ ਧੰਨ ਧੰਨ ਸੰਤ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਦੀ ਯਾਦ ਮਨਾਉਂਦੇ ਉਸੇ ਤਰ੍ਹਾਂ ਬਾਬਾ ਹਰਜੋਤ ਸਿੰਘ ਜੀ ਸੰਗਤਾਂ ਦੇ ਸਹਿਯੋਗ ਨਾਲ ਉਹਨਾਂ ਤੋਂ ਬਾਅਦ ਇਹ ਸਮਾਗਮ ਉਸੇ ਤਰ੍ਹਾਂ ਮਨਾ ਰਹੇ ਨੇ ਜਿੱਥੇ ਕਿ ਬਹੁਤ ਸਾਰੇ ਮਹਾਂਪੁਰਖਾਂ ਨੇ ਆ ਕੇ ਪਰਸੋਂ ਰੋਜ਼ ਤੋਂ ਹਾਜ਼ਰੀਆਂ ਭਰੀਆਂ ਗੁਰਬਾਣੀ ਦੇ ਕੀਰਤਨ ਅਤੇ ਵਿਚਾਰਾਂ ਦਾ ਆਪ ਸੰਗਤਾਂ ਨੇ ਲਾਹਾ ਉਠਾਇਆ ਆਓ ਸੰਤ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਖ ਸਾਧ ਸੰਗਤ ਸੋ ਜਿਨ੍ਹਾਂ ਨੇ 50 ਸਾਲ ਉਹ ਕਰਤੇ ਦਾ ਕੀਰਤਨ ਕੀਤਾ ਕਾਹੂ ਫਲ ਕੀ ਇੱਛਾ ਨਹੀਂ ਬਾਂਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਦੇ ਵਿੱਚ ਕੋਈ ਤਮੰਨਾ ਨਹੀਂ ਰੱਖੀ ਕੀਰਤਨ ਕਰਕੇ ਕਿਉਂਕਿ ਕਈ ਹੁੰਦਾ ਕਿ ਕੀਰਤਨ ਕਰਕੇ ਮਨ ਦੀ ਤਮੰਨਾ ਮਨ ਦੀ ਆਸਾ ਹੁੰਦੀ ਹੈ ਕਿ ਕੁਝ ਨਾ ਕੁਝ ਮਿਲੇ ਉਹਨਾਂ ਨੇ 50 ਸਾਲ ਗੁਰਬਾਣੀ ਦਾ ਕੀਰਤਨ ਕੀਤਾ ਅਤੇ ਲੱਖਾਂ ਹੀ ਜੀਵਾਂ ਨੂੰ ਪਰਮਾਤਮਾ ਵਾਹਿਗੁਰੂ ਦੇ ਨਾਮ ਦੇ ਨਾਲ ਜੋੜਿਆ ਸਾਧ ਸੰਗਤ ਉਹ ਮਹਾਂਪੁਰਖ ਸੋ ਜਿਨ੍ਹਾਂ ਨੇ ਮਾਤਾ ਰਤਨ ਕੌਰ ਜੀ ਦੀ ਕੁੱਖ ਨੂੰ ਭਾਗ ਲਾਇਆ ਪਿੰਡ ਆਲੋਵਾਲ ਦੀ ਧਰਤੀ 'ਤੇ ਜਨਮ ਲੈ ਕੇ ਅਵਤਾਰ ਲੈ ਕੇ ਮਹਾਂਪੁਰਖਾਂ ਦੀ ਸੇਵਾ ਕੀਤੀ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਮਹਾਂਪੁਰਖ ਸੇਵਾ ਕਰਨ ਤੋਂ ਬਾਅਦ ਦੋਵੇਂ ਮਹਾਂਪੁਰਖ ਸੰਤ ਬਾਬਾ ਈਸ਼ਰ ਸਿੰਘ ਜੀ ਧੰਨ ਧੰਨ ਸੰਤ ਮਹਾਰਾਜ ਸੰਤ ਬਾਬਾ ਕਿਸ਼ਨ ਸਿੰਘ ਜੀ ਇਹ ਫੌਜ ਵਿੱਚ ਨੌਕਰੀ ਕਰਦੇ ਸੀ ਅਤੇ ਬਾਬਾ ਈਸ਼ਰ ਸਿੰਘ ਮਹਾਰਾਜ ਇਹ ਪਟਿਆਲੇ ਮਹਿੰਦਰਾ ਕਾਲਜ ਵਿੱਚ ਪੜ੍ਹਿਆ ਕਰਦੇ ਸੀ ਦੋਵਾਂ ਦਾ ਪ੍ਰੇਮ ਪੈ ਗਿਆ ਪ੍ਰੇਮ ਦੇ ਨਾਲ ਰੇਰੂ ਸਾਹਿਬ ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਸਤੇ ਜਾਣਾ ਸੇਵਾ ਕਰਨੀ ਐਤਵਾਰ ਦਾ ਸਾਰਾ ਦਿਨ ਉੱਥੇ ਬਤੀਤ ਕਰਨਾ ਕਈ ਵਾਰੀ ਰਾਤ ਵੀ ਰਹਿ ਕੇ ਆਉਣਾ ਮਹਾਂਪੁਰਖਾਂ ਦੇ ਨਾਲ ਬਹੁਤ ਜ਼ਿਆਦਾ ਗੂੜਾ ਪਿਆਰ ਪੈ ਗਿਆ ਸਾਧ ਸੰਗਤ ਮਹਾਂਪੁਰਖਾਂ ਦੇ ਨਾਲ ਪਿਆਰ ਕਈਆਂ ਨੂੰ ਤਾਂ ਮਹਾਂਪੁਰਖਾਂ ਦੇ ਨਾਲ ਐਲਰਜੀ ਹੋ ਜਾਂਦੀ ਹੈ ਨਾਮ ਲੈਣ ਦੇ ਨਾਲ ਪਰ ਸਾਧ ਸੰਗਤ ਜੇ ਸੋਚਿਆ ਜਾਏ ਇੱਕ ਮਾਤਾ ਪਿਤਾ ਦੇ 3 ਪੁੱਤਰ ਲਾ ਲਓ ਇੱਕ ਤਾਂ ਹੁੰਦਾ ਹੈ ਸੁਪੁੱਤਰ ਇੱਕ ਹੁੰਦਾ ਹੈ ਪੁੱਤਰ ਇੱਕ ਹੁੰਦਾ ਹੈ ਕੁਪੁੱਤਰ ਹੈ ਤਾਂ ਆਪਣੇ ਮਾਂ ਬਾਪ ਦੇ ਪਰ ਸਾਧ ਸੰਗਤ ਉਹਨਾਂ ਦਾ ਸੁਭਾਅ ਚੰਗਾ ਨਾ ਹੋਣ ਕਰਕੇ ਇੱਕ ਨੂੰ ਪੁੱਤ ਦਾ ਦਰਜਾ ਮਿਲ ਗਿਆ ਇੱਕ ਨੂੰ ਕੁਪੁੱਤਰ ਦਾ ਇੱਕ ਨੂੰ ਸੁਪੁੱਤਰ ਦਾ ਅਸੀਂ ਸਾਰੇ ਹੀ ਪਰਮਾਤਮਾ ਵਾਹਿਗੁਰੂ ਦੇ ਪੁੱਤਰ ਹਾਂ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਅਸੀਂ ਆਪਣੇ ਮੁੱਢ ਦੀ ਆਪਣੇ ਮੂਲ ਦੀ ਪਹਿਚਾਣ ਕਰਨੀ ਹੈ ਜੇ ਅਸੀਂ ਆਪਣੀ ਪਹਿਚਾਣ ਨਾ ਕਰ ਸਕੇ ਕਿ ਅਸੀਂ ਕੌਣ ਹਾਂ ਕਿੱਥੋਂ ਆਏ ਹਾਂ ਅਤੇ ਸਾਧ ਸੰਗਤ ਫਿਰ ਅਸੀਂ ਕੁਪੁੱਤਰ ਹਾਂ ਜਦੋਂ ਅਸੀਂ ਸਾਧ ਸੰਗਤ ਉਸ ਪਰਮਾਤਮਾ ਵਾਹਿਗੁਰੂ ਨੂੰ ਚੇਤੇ ਕਰਨਾ ਸ਼ੁਰੂ ਕਰ ਦਿੰਦੇ ਹਾਂ ਫਿਰ ਉਹਦੇ ਪੁੱਤਰ ਬਣ ਜਾਂਦੇ ਹਾਂ ਜਦੋਂ ਸਾਧ ਸੰਗਤ ਉਸ ਨੂੰ ਚੇਤੇ ਕਰਦੇ ਕਰਦੇ ਹੋਰ 4 ਚੰਨ ਲਾਉਂਦੇ ਹਾਂ ਹੋਰਾਂ ਨੂੰ ਗੁਰੂ ਦੇ ਨਾਲ ਜੋੜਦੇ ਹਾਂ ਫਿਰ ਅਸੀਂ ਸੁਪੁੱਤਰ ਬਣ ਜਾਂਦੇ ਹਾਂ ਜਿਹੜੇ ਮਹਾਂਪੁਰਖ ਹੁੰਦੇ ਨੇ ਸਾਧ ਸੰਗਤ ਪਰਮਾਤਮਾ ਵਾਹਿਗੁਰੂ ਦੇ ਸੁਪੁੱਤਰ ਹੋਇਆ ਕਰਦੇ ਨੇ ਉਹਨਾਂ ਵਿੱਚ ਅਤੇ ਪਰਮਾਤਮਾ ਵਾਹਿਗੁਰੂ ਦੇ ਵਿੱਚ ਰੰਚਕ ਮਾਤਰ ਵੀ ਕੋਈ ਭਿੰਨ ਭੇਦ ਨਹੀਂ ਹੁੰਦਾ ਹਰ ਜਨ ਦੋਈ ਏਕ ਹੈ ਬਿਬ ਵਿਚਾਰ ਕਛ ਨਾਹੇ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ ਪਾਣੀ ਵਿੱਚ ਤਰੰਗਾਂ ਉੱਠਦੀਆਂ ਨੇ
कुछ समय तो बाद पानी दे विची मिल जांदियां ने। तरंगा दा अते पानी दा सा संगत आपस विची कोई भिन्न भेद फर्क नहीं हुंदा। इस तरह परमात्मा वाहिगुरु दे प्यारे उहदा रूप ही होया करदे ने। हर जन जो हरी दे परमात्मा वाहिगुरु दे प्यारे ने उहदे रूप ने उहदे सुपुत्र ने। आओ इस तरह संत बाबा ईश्वर सिंह जी महाराज उन्होंने सेवा की, सेवा करके गुरु नानक घर दियां खुशियां प्राप्त कीतियां। 50 साल कीर्तन लखां प्राणियां नूं गुरबाणी दे नाल गुरु घर दे नाल जोड़िया, गुरु नानक साहिब दे नाल जोड़िया। सो उन्हां दे साध संगत अगे पैरोपकार बहुत ज़्यादा होए अते सारी चंगी उच्ची अवस्था वाले सी। साध संगत एक ब्रह्म ज्ञानी, क्योंकि संत बाबा अतर सिंह जी महाराज उन्हां दे पास जिन्ने गुरसिख रहिंदे सी आखदे ने कि 100 ब्रह्म ज्ञानी उन्हां दे नाल रहिंदा सी, जिन्हां दे विच्चों मेन सी संत बाबा ईश्वर सिंह जी महाराज। उन्हां तों अगे पैरोपकार निगाह मार के देख लो, देसां परदेसां दे विच संगतां दा भला कर रहे ने, संगतां नूं जोड़ रहे ने। जिन्हां ने उन्हां महापुरखां दा बचन कमाया उन्हां दे विच्चों, उन्हां पैरोपकारां दे विच्चों सत्कारयोग संत बाबा सुरेंद्र सिंह जी महापुरख। सो उन्होंने भी संत बाबा ईश्वर सिंह जी महाराज राड़ा साहब वालियां दे संग कीता, उन्हां दी सेवा कीती, उन्हां दा बचन कमाया। जिथे गुरु घर दे विच फुलवाड़ी दी सेवा लाई जां कोई होर सेवा लाई, साध संगत बड़े निश्चे नाल ठंडे सुभाअ दे नाल अणथक सेवा कीती। तुहाडे विच्चों कोई संत बाबा सुरेंद्र सिंह जी महापुरखां नूं भुलिया नहीं होया। उन्हां दा सुभाग किन्ना चंगा सी। हुणी एक सानू बीबी मिली संत बाबा अमर सिंह महापुरखां नूं, कहन लगी बाबा जी तों बिना जी नहीं लगदा। उह दसण लग पी कि जे सानू कोई माड़ा मोटा कोई रोग जां दुख हुंदा बाबा जी दे पास बेनती करनी साडा दुख रोग वैसे ही खत्म हो जांदा सी, क्योंकि नाम दे विच साध संगत बड़ी शक्ति है, बड़ी ताकत है नाम दे विच। ऐवें नहीं महापुरखां नूं पूजिया जांदा। गुरु चौथे पातशाह महाराज नूं पुछ के देखो गुरु साहिब जी की आखदे ने, जिन्नी सतगुर पुरख मनाया उहनां नूं सब कोई पूजदे। सतगुर पुरख मनाया उहनां नूं सब कोई पूजदे। सब कोई पूज दे, जिनी सतगुर पुरख मनाया उहनां नूं सब कोई पूज दे। सब कोई पूज दे प्यारे जी, उहनां नूं सब कोई पूज दे। Thank you.
सतगुर पुरख मनाया। सब कोई पूज दे उनानु सब कोई पूज दे जिनी गुरमुख नाम से आया तना फिर बिगड़ ना होई जिनी सतगुर पुरख मनाया। सतगुर पुरख मनाया जिन पूज सब कोई जिन सतगुर प्यारा से लिया। जिन सतगुर प्यारा सेवया तिना सुख सद होई जिना नानक सतगुर भेटिया तिना मिलिया हर सोई जिन गुरमुख नाम ध्याया। अज सात संगत रौनक लगिया हुई ने सारिया नाम दिया कमाइया ने महापुरखा ने पता नहीं किन्नियां दियां बीमारियां दूर कीतियां किन्नियां नूं पुत्तरां दी दात दित्ती ये तुसी सारी जानदे हो कि बाला समा नहीं होया महापुरखां नूं सचखंड गया। फिर सत्संग सचखंड वासी संत बाबा हरजिंदर सिंह जी महापुरख दवलान वाले उन्हां दे नाल किन्ना प्यार बचपन तो असी भी मधुबन मेरा ख्याल पहला उत्थे पाठ करदे रहे उत्थों तो बरसी शुरू कीती फिर इत्थे रौनकां लगनियां शुरू हो गईयां कई सालां तों इत्थे रौनकां लाईयां उन्हां दे अगो पैरोकार सत्कारयोग भाई हरजोत सिंह जी हुण ओह उसे तरह सेवा निभा रहे ने। आओ एक बारी महापुरख मेरे पास भी गए खेड़ी मानियां दवलान आलोवाल दे विचाले पैंदा है स्थान संत बाबा हरजिंदर सिंह जी महापुरखां दा अस्थान। सो उत्थे एक बारी महापुरख गए ते मेरे कमरे च बैठे चाह पानी छकिया ते भाई हरजोत सिंह जी सारा जथा नाल सी मैं भी बेनती कीती असी दरबार साहब शुरू कीता सी ओदियां नीयां पट्टियां सी हले थोड़ियां थोड़ियां नीयां उसारियां ते मैं बेनती कीती मैं कहा महापुरखो असी दरबार साहब दा कम छेड़ लिया कम बहुत बड़ा है घट्टो घट्ट 3-4 करोड़ रुपया लगना ते बाबा हरजिंदर सिंह महापुरख कर गए चढ़ाई ते हुण कोई बचन दिओ किरपा करो। मैं कई बारी गल सुणाउंदा हुंदा है ते मैनू कहन लगे तू आसा जी दी वार दा कीर्तन करदा सवेरे इत्थे मैं जी मैं तां कदे कीर्तन कीता नहीं सवेरे हाँ जाणदे जरूर हाँ कहन लगे तू कीर्तन शुरू करिया कर रोज़ कीर्तन कर भावें कोई सुनण वाला आवे ना आवे साजी कोई होवे ना होवे। सत्संग तो उदों तो महापुरखां दा बचन मन्निया सी कीर्तन करना शुरू कर दिता शाम नूं सिखाउने वी आ हौली हौली रौनकां लगनियां शुरू हो गईयां 20-25 ते मेरे पास जवाक ने जिहड़े सारे ढोलकी बाजा चिमटा ते सारी पाठी ने ते उह महापुरखां दा बचन कहन लगे गुरु साहिब दी किरपा होवेगी। सत्संग तो हौली हौली दिन लंघदे गए ऐसी किरपा होई मैनूं पता भी नहीं लग्या कि करोड़ां रुपया कित्थों आ गया कोई असी ग्राही नहीं करदे कोई किसी तो मंगदे नहीं पर महापुरखां दा मैं दसना चाहुंदा कि उन्हां दे बचनां दे विच इह कमाई हुंदी है देहो संदेसरो कहियो फिर कहियो बिसम भई मैं बहु विध सुनते कहो सुहागण सहियो को कह तो सब बाहर बाहर को कह तो सब महियो बर ना दिसै चेह ना लखियै सुहागन सांत बुझहियो घट घट वासी सर्ब निवासी लेप नहीं अलपहियो नानक कहत सुनहो रे लोगा। लोगा जाने के संसार नू कहा गुरु साहब जी संसार नू कह रहे ने नानक कहत सुनहो रे लोगा संत रसन को बसहियो। कहन लगे एक ता मेरा वासा महापुरखां दी रसना दे उत्ते है महापुरख कैसा होना चाहिए जिन्ना सास ग्रास ना बिसरै हर नामा मन मंत
धन से सेई नानका पूर्ण सोई संत। जड़े सास ग्रास उस परमात्मा वाहिगुरु की भगती करते ने। संत बाबा सुरेंद्र सिंह जी महापुरख समागम दे विच जाके लंगर च बह जाना, प्रसादे नाल पकवाने जां होर लंगरां दी सेवा आप करदे सी। आपां सारयां ने देखिया अखां दे नाल सत्संगत, उह सेवा दा एडा वड्डा फल, एडी वड्डी शक्ति महापुरखां ने पता नहीं किन्नियां दे रोग दूर कर दित्ते। कई दिन कि जा भाई ठीक हो जाएगा सत्संग, जिथे डाक्टर हकीम अपना जोर ला के पिछे हट जाते ने उन्हां तो बीमारियां दूर नहीं हुंदियां। नाम जपण वाला सिर्फ एको ही बचन करता है सत्संगत, वड्डे वड्डे रोग कष्ट सारी दूर हो जाते ने। राम भगत के पूतरे, राम भगत के पूत, भगत ना होते जगत में राम जांदा ऊत। कहन लगे जे परमात्मा वाहिगुरु दे प्यारे ना हुंदे ता परमात्मा वाहिगुरु की पहचान नहीं आनी सी, उन्हूं किसी ने नहीं पुछना सी, क्योंकि पुछया तो ताही है, अपन ताही पता लग्या। सानू गुरबाणी ने दसिया कि परमात्मा वाहिगुरु ऐसा है, उहदा सिमरन करो। फिर सत्संगत गुरबाणी पढ़द्या पढ़द्या महापुरखां ने बचन कमाए, उन्होंने सानू दसिया तां पता लग्या। सानू तो किसी नू कोई पता नहीं कि परमात्मा कित्थे रहिंदा है, किहो जिहा है। ज्यों गुरबाणी पढ़ी, संगत की, महापुरखां दे शरण विच आए, तो हौली हौली सत्संग जिहो जी इनसान संगत करदा है, संगत करद्या करद्या फिर इहनू उहो जिही भेत हो जांदा है। आओ सत्संगत महापुरख, सो जिन्हां ने आप सेवा की, आप सिमरन किया, अते अपने पैरोकारां नूं भी गुरु दे नाल जोड़िया। आओ एक धारना तो बाद समा समाप्त है। गुरु साहिब जी की आखदे ने, संग संतां दा कुलां नूं तारे कर लै तूं मेरिया मना, संतां दा कुलां नूं तारे कर लै तूं मेरिया मना। संग संतां दा कुलां नूं तारे, कुलां नूं तारे कर लै तूं मेरिया मना, संग संतां दा कुलां नूं तारे कर लै तूं मेरिया मना। मार्ग धर्म पौड़ी कोवट पानी पाए, कोट जन्म के किल वेखना से मार चरणी चितलाए, साध के संग सब कुल उधार, साध संग साजन मीत कुटुंब निस्तार। गुरु पंजवें पातशाह महाराज आखदे ने कि जिहड़ी साधु की संगत है वह कई कुलां का उधार कर दिंदी है। आओ सतखंड वासी संत बाबा सुरिंदर सिंह जी महापुरखां ने यह जो परोपकार किया, संगतां नूं गुरु दे नाल जोड़िया अते महापुरखां दियां गुरु साहिबाना दियां यादां मनाईयां, संगतां नूं गुरु दे नाल जोड़ के ये संसार तो कुछ समा पहला ही, अजे मेरे ख्याल 2-2.5 साल होए ने शायद सतखंड दे विच चले गए। सो उन्हां तो पहला साडे सत्कारयोग संत बाबा हरजिंदर सिंह जी सचखंड वासी दवलान वाले महापुरख सारियां संगतां जानदियां ने,
ਸੋ ਹਰ ਸਾਲ ਇੱਥੇ ਆ ਕੇ ਸੰਗਤਾਂ ਨੂੰ ਗੁਰਬਾਣੀ ਦੇ ਕੀਰਤਨ ਵਿਚਾਰਾਂ ਸੁਣਾ ਕੇ ਨਿਹਾਲ ਕਰਿਆ ਕਰਦੇ ਸੀ। ਆਓ ਸਾਧ ਸੰਗਤ ਜਿੰਨਾ ਕੁ ਟਾਈਮ ਮਿਲਿਆ ਸੀ ਉਹਨਾਂ ਮਹਾਂਪੁਰਖਾਂ ਦੀ ਹਾਜ਼ਰੀ ਜ਼ਰੂਰ ਪ੍ਰਵਾਨ ਕਰਿਓ। ਚਾਹੇ ਸਾਡੇ ਪਾਸ ਉਹ ਸਰੀਰ ਕਰਕੇ ਨਹੀਂ ਹੁੰਦੇ, ਪਿਆਰ ਤਾਂ ਸਾਡੇ ਪਾਸ ਹੈ। ਜਿਨ੍ਹਾਂ ਦੇ ਪਾਸ ਮਹਾਂਪੁਰਖਾਂ ਦਾ ਪਿਆਰ ਹੁੰਦਾ, ਰੌਣਕਾਂ ਆਪ ਹੀ ਲੱਗ ਜਾਂਦੀਆਂ ਨੇ। ਬਾਬਾ ਹਰਜੋਤ ਸਿੰਘ ਜੀ ਨਾਲ ਮਹਾਂਪੁਰਖਾਂ ਦਾ ਪਿਆਰ ਸੀ, ਅੱਜ ਦੇਖੋ ਰੌਣਕਾਂ ਲੱਗੀਆਂ ਹੋਈਆਂ ਨੇ। ਕਿਵੇਂ ਸੰਗਤਾਂ ਭੀੜਾਂ ਘੱਤ ਕੇ ਆ ਰਹੀਆਂ ਨੇ, ਗੁਰੂ ਕੇ ਲੰਗਰਾਂ ਦੀ ਸੇਵਾ ਕਰ ਰਹੀਆਂ ਨੇ। ਇਹ ਸਾਰੀ ਗੁਰੂ ਸਾਹਿਬ ਅਤੇ ਉਹਦੇ ਪਿਆਰੇ ਮਹਾਂਪੁਰਖਾਂ ਦੀ ਵਡਿਆਈ ਹੈ। ਅਸੀਂ ਵੀ ਹਰ ਸਾਲ ਆਉਂਦੇ ਹਾਂ ਕੋਈ ਕੀਰਤਨ ਕਰਨ ਵਾਸਤੇ ਜਾਂ ਤੁਹਾਨੂੰ ਕੋਈ ਉਪਦੇਸ਼ ਦੇਣ ਵਾਸਤੇ ਨਹੀਂ ਆਉਂਦੇ। 20-25 ਸਾਲ ਤੋਂ ਜ਼ਿਆਦਾ ਹੀ ਸਮਾਂ ਹੋ ਗਿਆ, ਸਿਰਫ ਉਹਨਾਂ ਮਹਾਂਪੁਰਖਾਂ ਦੇ ਨਾਲ ਪਿਆਰ ਸੀ, ਪਿਆਰ ਕਰਕੇ ਆਉਂਦੇ ਹਾਂ। ਆਓ ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨੀ, ਗੁਰਬਾਣੀ ਦੇ ਕੀਰਤਨ ਅਤੇ ਵਿਚਾਰਾਂ ਕਰਦਿਆਂ ਕੋਈ ਵੀ ਅੱਖਰ ਵਾਧਾ ਘਾਟਾ ਬੋਲਿਆ ਗਿਆ ਹੋਵੇ, ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬਾਬਾ ਪਰਮਜੀਤ ਸਿੰਘ ਜੀ ਖੇੜੀ ਮਾਨੀਆਂ ਵਾਲੇ, ਜੋ ਕਾਫ਼ੀ ਲੰਮੇ ਸਮੇਂ ਤੋਂ ਇਸ ਸਥਾਨ 'ਤੇ ਜੁੜੇ ਹੋਏ ਨੇ। ਬਹੁਤ ਸਾਲ ਹੋ ਗਏ, ਸੋ ਬਹੁਤ ਬਹੁਤ ਧੰਨਵਾਦ। ਆਸ ਕਰਦੇ ਹਾਂ ਕਿ ਆਪਾਂ ਸਾਰੇ ਇਸੇ ਤਰ੍ਹਾਂ ਜੁੜੇ ਰਹਾਂਗੇ ਅਤੇ ਸਤਿਗੁਰੂ ਜੀ ਦੀਆਂ